ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹਮਲੇ ਦਾ ਮਾਮਲਾ ਹੁਣ ਪਕਦਾ ਜਾ ਰਿਹਾ। ਟਾਂਡਾ ਦੇ ਵਿੱਚ ਮੀਟਿੰਗ ਕਰਕੇ ਪਰਤ ਰਹੇ ਸ਼ਰਮਾ ਦੀ ਕਿਸਾਨਾਂ ਨੇ ਕਾਰ ਦੀ ਭੰਨਤੋੜ ਕਰ ਦਿੱਤੀ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜੋ ਹਮਲਾ ਹੋਇਆ, ਹੁਣ ਇਹ ਮਾਮਲਾ ਖਾਸਾ ਗਰਮਾਉਂਦਾ ਜਾ ਰਿਹਾ। ਦੱਸ ਦਈਏ ਕਿ ਟਾਂਡਾ ਦੇ ਵਿੱਚ ਮੀਟਿੰਗ ਕਰਕੇ ਪਰਤ ਰਹੇ ਸ਼ਰਮਾ ਦੀ ਕਾਰ ਜੋ ਹੈ ਕਿਸਾਨਾਂ ਨੇ ਭੰਨ ਦਿੱਤੀ। ਹਮਲੇ ਨੂੰ ਲੈ ਕੇ ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ਤੇ ਹੁਣ ਨਿਸ਼ਾਨਾ ਉਹਨਾਂ ਵੱਲੋਂ ਸਾਧਿਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਸਰਕਾਰ ਨੇ ਇਹ ਹਮਲਾ ਕਰਵਾਇਆ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸ਼ਰਾਰਤੀ ਅਨਸਰਾਂ ਨੇ ਅਟੈਕ ਕੀਤਾ। ਇਹ ਇਲਜ਼ਾਮ ਉਹਨਾਂ ਨੇ ਸੂਬਾ ਸਰਕਾਰ ਤੇ ਲਗਾਇਆ। ਉਹਨਾਂ ਕਿਹਾ ਕਾਂਗਰਸ ਦਾ ਬੀਜੇਪੀ ਤੇ ਇਹ ਪਲਟਵਾਰ ਹੈ, ਬੀਜੇਪੀ ਨੇ ਖੁਦ ਹੀ ਇਹ ਹਮਲਾ ਕਰਵਾਇਆ, ਹੋ ਸਕਦਾ ਹੈ। ਰਾਜਕੁਮਾਰ ਵੇਰਕਾ ਨੇ ਇਸ ਤੇ ਬਿਆਨ ਦਿੱਤਾ। ਸੋ ਪੂਰੀ ਤਰ੍ਹਾਂ ਦੇ ਨਾਲ ਇਹ ਮਾਮਲਾ ਹੁਣ ਪਕਦਾ ਜਾ ਰਿਹਾ। ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਬੀਤੇ ਦਿਨੀ, ਜਿਸ ਦੇ ਨਾਲ ਅਸ਼ਵਨੀ ਸ਼ਰਮਾ ਦੀ ਕਾਰ ਤੇ ਹਮਲਾ ਹੋਇਆ, ਉਹਨਾਂ ਦੀ ਕਾਰ ਦੀ ਭੰਨਤੋੜ ਕੀਤੀ ਗਈ। ਔਰ ਇਹ ਕਿਹਾ ਗਿਆ ਕਿ ਕਿਸਾਨਾਂ ਨੇ ਇਹ ਹਮਲਾ ਕੀਤਾ ਹੈ। ਟਾਂਡਾ ਵਿੱਚ ਮੀਟਿੰਗ ਕਰਕੇ ਸ਼ਰਮਾ ਪਰਤ ਰਹੇ ਸਨ ਜਦੋਂ ਉਹਨਾਂ ਦੀ ਕਾਰ ਤੇ ਹਮਲਾ ਹੋਇਆ। ਹਮਲੇ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਸਰਕਾਰ ਨੇ ਹੀ ਇਹ ਹਮਲਾ ਕਰਵਾਇਆ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਸ਼ਰਾਰਤੀ ਅਨਸਰਾਂ ਨੇ ਇਹ ਅਟੈਕ ਕੀਤਾ। ਜਦਕਿ ਕਾਂਗਰਸ ਨੇ ਹੁਣ ਬੀਜੇਪੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਬੀਜੇਪੀ ਨੇ ਖੁਦ ਹੀ ਇਹ ਹਮਲਾ ਕਰਵਾਇਆ, ਹੋ ਸਕਦਾ ਹੈ, ਜਿਸ ਨੂੰ ਲੈ ਕੇ ਰਾਜਕੁਮਾਰ ਵੇਰਕਾ ਨੇ ਇਹ ਬਿਆਨ ਦਿੱਤਾ। ਇਹ ਅੱਜ ਜਿਹੜੀ ਟਾਂਡੇ ਕੋਈ ਘਟਨਾ ਹੋਈ ਆ, ਪੰਜਾਬ ਦੇ ਪ੍ਰਧਾਨ ਬੀਜੇਪੀ 'ਤੇ ਕੋਈ ਹਮਲਾ ਹੋਇਆ, ਉਹ ਵੀਰ ਜੀ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਕਿਸਾਨ ਵੀਰ ਆ ਬੜੇ ਸ਼ਾਂਤੀਪੂਰਵਕ ਪ੍ਰੋਟੈਸਟ ਚੱਲ ਰਹੇ ਆ। ਵਿਰੋਧ ਤਾਂ ਤਾਂ ਚਲੋ ਬਣਦੀ ਹੈ, ਲੋਕਤੰਤਰ ਇਹਦੇ ਵਿੱਚ ਵਿਰੋਧ ਬਣਦਾ, ਪਰ ਇਹ ਜਿਹੜੀ ਗੱਡੀ ਤੋੜੀ ਗਈ ਹੈ ਬੜੀ ਨਿੰਦਣੀ ਹੈ ਗੱਲ। ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਹੋ ਸਕਦਾ ਕਿਸੇ ਦੀ ਸ਼ਰਾਰਤ ਹੋਵੇ, ਪਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹਮਲੇ ਦਾ ਮਾਮਲਾ ਜਿਹੜਾ ਹੈ ਉਹ ਖਾਸਾ ਪਕਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਇੱਕ ਦੂਜੇ ਤੇ ਇਲਜ਼ਾਮ ਜਿਹੜੇ ਨੇ ਲੱਗਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। ਯੋਗੇਸ਼ ਤੋਂ ਅਸੀਂ ਜਾਣਕਾਰੀ ਹੋਰ ਲੈਂਦੇ ਹਾਂ। ਯੋਗੇਸ਼, ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਅਸ਼ਵਨੀ ਸ਼ਰਮਾ ਦੀ ਕਾਰ ਤੇ ਹੋਇਆ, ਹੁਣ ਖਾਸਾ ਇਹ ਮਾਮਲਾ ਜਿਹੜਾ ਹੈ ਪਕਦਾ ਜਾ ਰਿਹਾ, ਕਿਉਂਕਿ ਇੱਕ ਦੂਜੇ ਤੇ ਜਿੱਥੇ ਸੂਬਾ ਸਰਕਾਰ ਤੇ ਇਲਜ਼ਾਮ ਲੱਗੇ ਨੇ ਹਮਲਾ ਕਰਾਉਣ ਦੇ, ਉੱਥੇ ਹੀ ਕਾਂਗਰਸ ਦਾ ਕਹਿਣਾ ਕਿ ਆਪ ਹੀ ਬੀਜੇਪੀ ਨੇ ਕਰਵਾਇਆ, ਹੋ ਸਕਦਾ ਹੈ ਹਮਲਾ। ਜੀ ਦਾਦਾ, ਬਿਲਕੁਲ ਦੌਰ ਏਦਾਂ ਦਾ ਚੱਲ ਪਿਆ ਵੀ ਇੱਕ ਪਾਰਟੀ ਦੂਸਰੀ ਦਾ ਨਾਮ ਲੈ ਰਹੀ ਹੈ ਔਰ ਦੂਸਰੀ ਪਾਰਟੀ ਤੀਸਰੀ ਦਾ, ਜਿਸ ਦੇ ਚੱਲਦੇ ਕਿ ਜਿਹੜਾ ਰਾਤੀ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਹਮਲਾ ਹੋਇਆ ਹੈ, ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਿਹਾ ਹੈ ਕਿ ਇਹ ਪੰਜਾਬ ਸਰਕਾਰ ਦੀ ਕੋਈ ਰਾਜਨੀਤੀ ਹੈ, ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬਰਗਲਾ ਰਹੀ ਹੈ, ਪੰਜਾਬ ਸਰਕਾਰ ਕਿਸਾਨਾਂ ਨੂੰ ਸਾਡੇ ਕਾਨੂੰਨ ਜਿਹੜੇ ਸਾਡੇ ਖੇਤੀ ਬਿੱਲ ਹਨ ਉਹਨਾਂ ਨੂੰ ਸਮਝਣ ਦਾ ਮੌਕਾ ਨਹੀਂ ਦੇ ਰਹੀ, ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਜਿਹੜੇ ਪੰਜਾਬ ਦੇ ਕਿਸਾਨ ਹਨ ਉਹਨਾਂ ਤੇ ਹਮਲੇ ਕਰ ਰਹੇ ਹਨ। ਜਦਕਿ ਜਿਹੜੀ ਕਾਂਗਰਸ ਸਰਕਾਰ ਹੈ ਇਹ ਉਹ ਵੀ ਇਹ ਇਲਜ਼ਾਮ ਲਗਾ ਰਹੀ ਹੈ ਕਿ ਜਿਹੜੇ ਭਾਜਪਾ ਦੇ ਜਿੰਨੇ ਵੀ ਨੇਤਾ ਹਨ ਹੁਣ ਉਹਨਾਂ ਦੇ ਜਿਹੜਾ ਤਿੱਖੇ ਬਿਆਨ ਸਾਹਮਣੇ ਆ ਰਹੇ ਹਨ, ਜਿਵੇਂ ਕਿ ਚੁੱਕ ਦਾ ਬਿਆਨ ਸਾਹਮਣੇ ਆਇਆ ਸੀ ਵੀ ਜਿਹੜਾ ਵੀ ਸਾਨੂੰ ਸਾਡਾ ਘਿਰਾਵ ਕਰੇਗਾ ਉਹ ਸਟ੍ਰੈਚਰ ਤੇ ਜਾਵੇਗਾ। ਬੜੀਆਂ ਵੱਡੀਆਂ ਏਦਾਂ ਦੇ ਬਿਆਨ ਜਿਹੜੇ ਹਨ ਬੜੀ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂ ਨਾਲ ਜਦੋਂ ਆਪਾਂ ਗੱਲ ਕੀਤੀ, ਮਨਜੀਤ ਸਿੰਘ ਰਾਏ ਹਨ ਜਿਹੜੇ ਕਿ ਪੰਜਾਬ ਪ੍ਰੈਜ਼ੀਡੈਂਟ ਹਨ ਭਾਰਤੀ ਕਿਸਾਨ ਯੂਨੀਅਨ ਦੇ, ਉਹਨਾਂ ਵੱਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਹੈ ਅਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਕਿਸਾਨ ਜਿਹੜਾ ਪਹਿਲੇ ਦਿਨ ਤੋਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਿਹਾ ਹੈ, ਕਿਸਾਨ ਅਜਿਹੀ ਕੋਈ ਹਰਕਤ ਨਹੀਂ ਕਰ ਸਕਦਾ, ਕਿਸੇ ਸ਼ਰਾਰਤੀ ਅਨਸਰ ਵੱਲੋਂ ਜੇ ਕੋਈ ਏਦਾਂ ਦੀ ਹਰਕਤ ਕੀਤੀ ਗਈ ਹੈ ਤਾਂ ਇਹ ਬੜੀ ਨਿੰਦਣੀ ਹੈ। ਪਰ ਜੇ ਪਾਰਟੀਆਂ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਇਸ ਵੇਲੇ ਸਾਰਾ ਆਰੋਪ ਕਾਂਗਰਸ ਜਿਹੜੀ ਹੈ ਬੀਜੇਪੀ ਤੇ ਲਗਾ ਰਹੀ ਹੈ ਔਰ ਬੀਜੇਪੀ ਜਿਹੜੀ ਹੈ ਕਾਂਗਰਸ ਤੇ ਲਗਾ ਰਹੀ ਹੈ। ਇਸ ਵੇਲੇ ਬੀਜੇਪੀ ਦਾ ਸਫ਼ਰ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਜਾਣ ਦਾ ਔਰ ਕਿਸਾਨਾਂ ਨਾਲ ਗੱਲ ਕਰਨ ਦਾ,
ਇਹ ਦਿਨ ਬ ਦਿਨ ਔਖੇ ਤੋਂ ਔਖਾ ਹੁੰਦਾ ਜਾ ਰਿਹਾ ਜੀ ਦਾ। ਬਿਲਕੁਲ ਔਖਾ ਹੁੰਦਾ ਜਾ ਰਿਹਾ ਬੀਜੇਪੀ ਆਗੂਆਂ ਲਈ, ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਹਮਲਾ ਹੋਇਆ ਇਸ ਦੇ ਨਾਲ ਸੂਬੇ ਦੇ ਜਿਹੜੇ ਹਾਲਾਤ ਨੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ, ਕਿਸਾਨ ਲਗਾਤਾਰ ਬੜੇ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਪ੍ਰਦਰਸ਼ਨ ਦੇ ਰਹੇ ਨੇ। ਹਾਲਾਂਕਿ ਆਪਣਾ ਉਹਨਾਂ ਨੇ ਸੰਘਰਸ਼ ਤਿੱਖਾ ਕਰਨ ਦੀ ਜ਼ਰੂਰ ਗੱਲ ਕੀਤੀ, ਲੇਕਿਨ ਹਮਲੇ ਦੀ ਅਜਿਹੀ ਕੋਈ ਗੱਲ ਨਹੀਂ ਹੋਈ ਸੀ। ਅਜਿਹੇ ਵਿਚਕਾਰ ਇਹ ਘਟਨਾਵਾਂ ਵਾਪਰਨੀਆਂ ਕਿਤੇ ਨਾ ਕਿਤੇ ਇਸ ਪੂਰੇ ਅੰਦੋਲਨ ਨੂੰ ਵੀ ਜਿਹੜਾ ਹੈ ਖਤਰੇ 'ਚ ਪਾ ਰਿਹਾ। ਜੀ ਰਾਧਾ, ਬਿਲਕੁਲ ਇਹ ਗੱਲ ਬਿਲਕੁਲ ਸਾਫ਼ ਹੈ ਕਿ ਜੇਕਰ ਏਦਾਂ ਦੀਆਂ ਕੋਈ ਵੀ ਹਰਕਤਾਂ ਹੁੰਦੀਆਂ ਹਨ ਤਾਂ ਇਹ ਕਾਫੀ ਮਾਹੌਲ ਨੂੰ ਗਰਮ ਕਰ ਸਕਦੀਆਂ ਹਨ ਜਾਂ ਮਾਹੌਲ ਖਰਾਬ ਕਰ ਸਕਦੀਆਂ ਹਨ, ਕਿਉਂਕਿ ਕਿਸਾਨ ਆਗੂ ਸ਼ੁਰੂ ਤੋਂ ਹੀ ਇੱਕ ਮੰਗ ਕਰ ਰਹੇ ਹਨ ਕਿ ਇਹ ਜਿਹੜੇ ਬਿੱਲ ਹਨ ਇਹ ਸਾਡੇ ਵਿਰੋਧੀ ਹਨ, ਇਹਨਾਂ ਬਿੱਲਾਂ ਵਿੱਚ ਸੋਧ ਕੀਤੀ ਜਾਵੇ। ਆਪਾਂ ਪਿਛੋਕੜ ਦੇਖ ਸਕਦੇ ਹਾਂ, ਚਾਹੇ ਕਿਸਾਨ ਰੇਲ ਦੀਆਂ ਪਟੜੀਆਂ ਤੇ ਬੈਠਾ ਹੈ, ਚਾਹੇ ਸੜਕਾਂ ਤੇ ਬੈਠਾ ਹੈ, ਪਰ ਕਿਸਾਨ ਵੱਲੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਕੋਈ ਅਗਜਨੀ ਨਹੀਂ ਕੀਤੀ ਗਈ, ਕੋਈ ਲੜਾਈ ਝਗੜਾ ਨਹੀਂ ਕੀਤਾ ਗਿਆ, ਕੋਈ ਬਹਿਸਬਾਜ਼ੀ ਨਹੀਂ ਕੀਤੀ ਗਈ। ਈਵਨ ਕਿ ਜਿੰਨਾ ਪ੍ਰਸ਼ਾਸਨ ਉਹਨਾਂ ਨੂੰ ਟਾਈਮ ਦਿੰਦਾ ਹੈ ਵੀ ਤੁਸੀਂ ਇੰਨਾ ਟਾਈਮ ਬੈਠ ਸਕਦੇ ਹੋ ਜਾਂ ਇੰਨਾ ਟਾਈਮ ਤੁਸੀਂ ਨਹੀਂ ਬੈਠ ਸਕਦੇ, ਕਿਸਾਨ ਉਹਨਾਂ ਨਾਲ ਵੀ ਪੂਰੀ ਸਹਿਮਤੀ ਨਾਲ ਚੱਲੇ ਹਨ। ਪਰ ਉਸ ਇਹਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਹੈ, ਕਿਤੇ ਨਾ ਕਿਤੇ ਬੜੀ ਇੱਕ ਮੰਦਭਾਗੀ ਘਟਨਾ ਹੈ, ਜਿਹਦੇ ਨਾਲ ਕਿ ਮਾਹੌਲ ਖਰਾਬ ਕੀਤਾ, ਹੋਣ ਦਾ ਵੀ ਇੱਕ ਖਰਚਾ ਜਿਤਾਇਆ ਜਾ ਰਿਹਾ ਹੈ ਜਾਂ ਮਾਹੌਲ ਖਰਾਬ ਵੀ ਹੋ ਸਕਦਾ ਹੈ। ਜੀ ਜੀ ਯੋਗੇਸ਼, ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ। ਸੋ ਫਿਲਹਾਲ ਜਿਹੜਾ ਹੈ ਇਹ ਮਾਮਲਾ ਜਿੱਥੇ ਖਾਸਾ ਗਰਮਾ ਗਿਆ, ਉੱਥੇ ਹੀ ਇੱਕ ਦੂਜੇ 'ਤੇ ਪਾਰਟੀਆਂ ਜਿਹੜੀਆਂ ਨੇ ਇਲਜ਼ਾਮਬਾਜ਼ੀ ਵੀ ਹੁੰਦਾ ਦੌਰ ਸ਼ੁਰੂ ਹੋ ਚੁੱਕਿਆ।